ਸਾਧ ਸੰਗਤ ਜੀਓ, ਅੱਜ ਆਪਾਂ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਬੜੇ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਦੇ ਉਪਲਕਸ਼ ਅੰਦਰ ਜੁੜ ਬੈਠੇ ਹੈ। ਸਤਿਗੁਰ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਨਾਲ ਵਿਸਾਖ ਦਾ ਮਹੀਨਾ ਸੁੱਖ ਸੋਭਨਾ ਦੇ ਨਾਲ ਬਤੀਤ ਹੋਇਆ ਹੈ ਅਤੇ ਅੱਜ ਜੇਠ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਤੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅਰਦਾਸ ਬੇਨਤੀ ਕਰੀਏ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ 'ਚ। ਠੀਕ ਹੈ ਕਿ ਸਮੇਂ ਦੇ ਮੁਤਾਬਕ ਤਨ ਨੂੰ ਤਪਸ਼ ਲੱਗਦੀ ਹੈ, ਗਰਮੀ ਮਹਿਸੂਸ ਹੁੰਦੀ ਹੈ, ਲੇਕਿਨ ਕੁਝ ਇਹੋ ਜਿਹੇ ਵੀ ਮਹਾਨ ਰਹਿਬਰ ਹੋਏ ਹੈ ਜਿਨ੍ਹਾਂ ਨੇ ਨਾ ਗਰਮੀ ਦੀ ਨਾ ਸਰਦੀ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ 'ਚ ਵਸਾ ਕੇ ਨਾਮ ਸ਼ਬਦ ਦੀ ਕਮਾਈ ਕਰਕੇ ਉਸ ਅਕਾਲ ਪੁਰਖ ਨੂੰ ਸਿਮਰਿਆ ਅਤੇ ਫਿਰ ਉਹ ਚਾਹੇ ਸੀਨਾ ਚਰਵਾ ਲਿਆ ਅਤੇ ਚਾਹੇ ਖੋਪਰੀ ਉਤਰਵਾ ਲਈ, ਚਾਹੇ ਤੱਤੀ ਤਵੀ 'ਤੇ ਬਹਿ ਗਏ, ਅਤੇ ਗੁਰਮੁਖ ਪਿਆਰੇ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਜਿਨ੍ਹਾਂ ਦੇ ਕੋਲ ਉਹ ਰੱਤੀ ਨਾਮ ਦੀ ਹੈ, ਉਹ ਕਤਰਾ ਕਿਣਕਾ ਜਿਹੜਾ ਆ ਉਸ ਸਤਿਗੁਰ ਦੇ ਸਿਮਰਨ ਦਾ ਆ ਅਤੇ ਫਿਰ ਗਰਮੀ ਸਰਦੀ ਇਹ ਤਨ 'ਤੇ ਅਸਰ ਨਹੀਂ ਕਰਦੀ। ਤੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਧੰਨ ਆ ਉਹ ਮਹਾਨ ਰਹਿਬਰ, ਮਹਾਨ ਮਹਾਂਪੁਰਖ, ਪੈਗੰਬਰ, ਸੂਰਵੀਰ ਯੋਧੇ ਜਿਨ੍ਹਾਂ ਨੇ ਭਗਤੀ ਬੰਦਗੀ ਇਬਾਦਤ ਕੀਤੀ, ਆਪਣੇ ਸਤਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਕੇ ਔਰ ਉਹਦਾ ਹੀ ਰੂਪ ਹੋ ਗਏ। ਜੇਠ ਤਪਤ ਬਹੁ ਗਾਮ ਕਰ ਸ਼ਾਤ ਨਾ ਹੋਵਤ ਮੀਤ, ਕ੍ਰੋਧ ਅਗਨ ਕਰ ਤਪਤ ਮਨ ਲੋਭੀ ਲੋਭ ਪ੍ਰੀਤ, ਜਨ ਰਵਿਦਾਸ ਗੁਰ ਸਿਮਰਿਆ ਸੋ ਜਨ ਸਦਾ ਅਨਾਦ, ਜੇਠ ਤ ਬੰਦਾ ਨਾ ਲਗੇ ਜਿਨ ਚੱਖਿਆ ਨਾਮ ਸੁਆਦ। ਸੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ, ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵੈ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਲੇ, ਹਰ ਜੇਠ ਰੰਗੀਲਾ ਤਿਸ ਧਣੀ ਜਿਨ ਕੇ ਭਾਗ ਭਾਗ। ਬਾਰਮਹਾ ਮਾਝ ਮਹੱਲਾ ਪੰਜਵਾਂ 133 ਅੰਗ। ਸਤਿਗੁਰਾਂ ਨੇ ਇਹ ਬਖਸ਼ਿਸ਼ ਕਰਤੀ ਹੈ ਵੀ ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਇਹਦਾ ਮਹੱਤਵ ਸਮਝ ਲਿਆ। ਤੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਕਈ ਵਾਰ ਜਦੋਂ ਪੋਹ ਅਤੇ ਮਾਘ ਆਉਂਦਾ ਹੈ ਕਹਿੰਦੇ ਆ ਵੀ ਜਲ ਧਾਰਾ ਕਰਦੇ ਹੈ, ਸ਼ਾਂਤ ਮਾਈਨਸ ਡਿਗਰੀ 'ਚ ਰਹਿ ਕੇ ਕਹਿੰਦੇ ਵੀ ਅਸੀਂ ਭਗਤੀ ਬੰਦਗੀ ਇਬਾਦਤ ਕਰ ਰਹੇ ਹੈ, ਪਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕਈ 12-12 ਸਾਲ ਚੁੱਪ ਰਹਿੰਦੇ ਹੈ, ਕਈ 12 ਸਾਲ ਕੁਝ ਖਾਂਦੇ ਨਹੀਂ, ਕਈ 12 ਸਾਲ ਬਹਿੰਦੇ ਹੀ ਨਹੀਂ, ਔਰ ਕਈ 12-12 ਸਾਲ ਧੂੜੀਆਂ ਤਾਪਦੇ ਆ ਇਤਿਆਦਕ ਵਗੈਰਾ ਵਗੈਰਾ।
ਪਰ ਧਿਆਨ ਦਿਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਜੇਠ ਹਾੜ੍ਹ ਦੇ ਮਹੀਨੇ 'ਚ ਧੂਣੀਆਂ ਤਾਪੀਏ ਅਤੇ ਮਨ ਅੰਦਰੋਂ ਕ੍ਰੋਧ ਧੀਰਿਆ ਤਾਂ ਉਹਦਾ ਫਾਇਦਾ ਨਹੀਂ। ਜੇ ਪੋਹ ਮਾਘ ਦੇ ਮਹੀਨੇ 'ਚ ਜਲ ਧਾਰਾ ਕਰੀਏ ਅਤੇ ਮਨ ਕ੍ਰੋਧ ਧੀਰਿਆ ਉਹਦਾ ਫਾਇਦਾ ਨਹੀਂ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਸਾਹਿਬਾਂ ਦਾ ਬਾਣੀ ਦਾ ਫਰਮਾਨ ਹੈ ਬਈ ਕਈ 12-12 ਸਾਲ ਬੋਲਦੇ ਨੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਭਤਾ, ਕਈ ਖਾਂਦੇ ਨੇ ਭੁੱਖਿਆ ਭੁੱਖ ਨਾ ਉਤਰੇ ਜੇ ਪੰਨਾ ਪੂਰੀ ਪਾ। ਅਤੇ ਹੁਣ ਮਾਲਕ ਦੇ ਦਰ ਸਤਿਗੁਰ ਦੇ ਦਰ ਸਤਿਗੁਰ ਦੇ ਚਰਨਾਂ 'ਚ ਅਸੀਂ ਸੱਚੇ ਕਿਵੇਂ ਹੋ ਸਕਦੇ? ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਭਾਵ ਉਹਦੇ ਹੁਕਮ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਪ੍ਰਯਾਸ ਪਰ ਯਤਨ ਚੱਲਣਾ ਚਾਹੀਦਾ। ਸਾਡੀ ਕੋਈ ਵੀ ਚਤੁਰਾਈ ਸਿਆਣਪ ਉਹਦੇ ਮੋਹਰੇ ਜੀਰੋ ਆ, ਡੇਢ ਹੈ। ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆ, ਸਤਿਗੁਰੂ ਹੈ। ਅਗਲੇ ਦਿਨ ਜੇ ਉਹ ਕਰਮ ਨਮਾਜ਼ੀ ਕਰਦਨ, ਕਿਰਪਾ ਕਰਦਨ, ਤੁੱਠਵਾਨ ਹੋ ਜਾਣ, ਮਿਹਰਬਾਨ ਹੋ ਜਾਣ, ਤਾਂ ਫਿਰ ਤਾਂ ਸਾਰੇ ਕਾਰਜ ਫਤਿਹ ਹੋ ਸਕਦੇ ਹੈ, ਅਦਰਵਾਈਜ਼ ਬੜਾ ਮੁਸ਼ਕਲ ਹੈ। ਖਿਆਲ ਕਰਿਓ, ਮੈਨੂੰ ਹੁਣ ਦੱਸ ਦਿਓ ਵੀ ਇਹ ਹੁਣ ਟਾਈਮ ਪੀਸ ਸਹੀ ਕਰ ਲਿਆ? ਪਹਿਲਾਂ ਸੈਕਟਰੀ ਨੇ ਡਰਾ ਤਾ, ਫਿਰ ਮੈਨੂੰ ਇਹ ਮੈਂ ਟਾਈਮ ਪੀਸ ਨੇ ਡਰਾ ਤਾ। ਉੱਧਰ ਬਾਬਾ ਜੀ ਕਹਿੰਦੇ, ਬਾਬਾ ਜੀ ਤੁਹਾਡਾ ਟਾਈਮ, ਮੈਂ ਕਿਹਾ ਕੀ ਕਰੀਏ, ਟੂ ਡਿਲੇ ਟੂ ਮੱਚ, ਇੰਡੀਆ ਲੇਟ ਆ, ਲੇਟ ਹੀ ਚੱਲ ਰਿਹਾ ਕੰਮ। ਪਹਿਲਾਂ ਕੀਤਾ ਸੀ ਕੰਮ ਸੁੱਖ ਵਾਸਤੇ, ਬਈ ਛੋਟਾ ਜਨਰੇਟਰ ਸਕੂਲੇ ਦੇ ਆਈਏ, ਆਪਾਂ ਇੱਥੇ ਵੱਡਾ ਲਾਈਏ, ਲੋਡ ਵੱਧ ਗਿਆ। ਬੁੜੀ ਮਰ ਗਈ, ਕੁੜੀ ਜੰਮ ਪਈ, ਟੱਬਰ ਇੱਕੋ ਜਿਹਾ, ਕੀ ਕਰੀਏ, ਸੱਪ ਲੰਬਾ ਗੋਹ ਚੌੜੀ, ਨੱਠਦਿਆਂ ਨੂੰ ਵਾਹਣ ਇੱਕੋ ਜਿਹਾ। ਕੁਝ ਨਾ ਕੁਝ ਇਹਦਾ ਜ਼ਿੰਦਗੀ 'ਚ ਹੁੰਦਾ ਰਹਿੰਦਾ, ਪਰ ਕੋਸ਼ਿਸ਼ ਕਰਦੇ ਹਾਂ ਬਈ ਜਿੰਨੀ ਕੁ ਟੀਚਿੰਗ ਹੋ ਜਾਏ ਅਤੇ ਹੋ ਜਾਣੀ ਚਾਹੀਦੀ ਹੈ। ਹਵਾ ਰੁਕ ਜਾਏ ਤਾਂ ਬੜੀ ਪ੍ਰੋਬਲਮ ਆ ਸਕਦੀ ਹੈ, ਪੈਸੇ ਦਾ ਆਉਣ ਜਾਣ ਰੁਕ ਜਾਏ ਬੜੀ ਪ੍ਰੋਬਲਮ ਆ ਸਕਦੀ ਹੈ, ਕੋਈ ਵੀ ਦੁਨੀਆ ਦੀ ਚੀਜ਼ ਰੁਕ ਜਾਏ ਤਾਂ ਪ੍ਰੋਬਲਮ ਆ ਸਕਦੀ ਹੈ, ਪਰ ਜਿਹੜੀ ਚੀਜ਼ ਨੂੰ ਰੋਕਣਾ ਉਹ ਰੁਕਦੀ ਨਹੀਂ, ਔਰ ਉਹ ਆ ਮਨ। ਮਨ ਇੱਕ ਵਿਲਨ ਹੈ, ਔਰ ਜਿਹੜਾ ਵਿਲਨ ਹੋਇਆ ਔਰ ਉਹ ਕਦੀ ਵੀ ਇਹ ਜੀਵ ਰੂਪੀ ਆਤਮਾ ਨੂੰ ਟਿਕਣ ਨਹੀਂ ਦਿੰਦਾ, ਔਰ ਇਹ ਜਿੱਦਾਂ ਇੱਕ ਚੂਹਾ ਘੁਰਨੇ 'ਚ ਖੁੱਡ 'ਚ ਵੜਿਆ ਆ ਅਤੇ ਬਿੱਲੀ ਬਾਹਰ ਟਿਕਾਣੇ 'ਤੇ ਬੈਠੀ ਆ, ਤਾੜ ਲਾ ਕੇ ਵੀ ਜਦੋਂ ਬਾਹਰ ਨਿਕਲੂ ਝਪਟ ਮਾਰਾਂਗੀ, ਇਸੇ ਤਰ੍ਹਾਂ ਇਹ ਮਨ ਵਿਲਨ ਆ, ਇਹ ਕਿਸੇ ਵੇਲੇ ਵੀ ਇਹਦੇ 'ਤੇ ਝਪਟ ਪੈ ਸਕਦੀ ਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਧਿਆਨ ਦਿਓ, ਹੁਣ ਮਨ ਨੂੰ ਵਿਲਨ ਤੋਂ ਬਚਾਉਣ ਲਈ, ਇਸ ਬਿੱਲੀ ਰੂਪੀ ਝਪਟ ਤੋਂ ਬਚਾਉਣ ਲਈ ਗੁਰੂ ਲੋਕਾਂ ਨੇ ਬਾਣੀ ਅੰਦਰ ਸਾਨੂੰ ਦੱਸਿਆ, ਪਰ ਅਸੀਂ ਉਹ ਚੰਗੀ ਤਰ੍ਹਾਂ ਸਮਝ ਨਹੀਂ ਸਕੇ। ਮਨ ਵਿੱਚ ਹੈ ਸਤਿਗੁਰ ਕਿਰਪਾ, ਸਾਡੇ ਕੋਲ ਆਪਣਾ ਮਨ ਵੇਚ ਹੀ ਨਹੀਂ ਹੁੰਦਾ ਤੇ ਕਾਰਜ ਕਿੱਦਾਂ ਹੋਣਗੇ। ਤੋ ਗੁਰੂ ਰੂਪ ਗੁਰੂ ਪਿਆਰੇ ਧਿਆਨ ਦੇਣਾ, ਮੈਂ ਉਧਰਲੇ ਪਾਸੇ ਨਹੀਂ ਜਾਣਾ ਕਿਉਂਕਿ ਮੈਂ ਜਦਣ ਦਾ ਆਇਆ ਉਧਰਲੇ ਪਾਸੇ ਹੀ ਹੈ, ਉਧਰਲੇ ਪਾਸੇ ਹੀ ਹੈ। ਕਹਿੰਦੇ ਆਵੇ ਬਾਬਾ ਜੀ ਤੁਸੀਂ ਓਵਰਲੋਡ ਹੋ ਰਹੇ ਆ, ਵੀ ਤੋਂ ਵਾਰ ਹੋ ਰਹੇ ਆ, ਔਰ ਕਾਫੀ ਹੱਦ ਬੰਨਾ ਤੁਸੀਂ ਟੱਪੀ ਜਾ ਰਹੇ ਆ। ਮੈਂ ਕਿਹਾ ਜਦੋਂ ਬੰਦਾ ਪਾਗਲ ਹੋ ਜਾਵੇ, ਸਦਾਈ ਹੋ ਜਾਵੇ, ਉਹਨੂੰ ਆਪਣਾ ਆਪ ਨਹੀਂ ਪਤਾ ਲੱਗਦਾ। ਕਮਲਾ ਜਦੋਂ ਹੋ ਜਾਏ, ਪਾਗਲ ਹੋ ਜਾਏ, ਅਤੇ ਫਿਰ ਉਹਨੂੰ ਆਪਣੇ ਪਰਾਇਆ ਦਾ ਨਹੀਂ ਪਤਾ ਲੱਗਦਾ। ਤੋ ਗੁਰਮੁਖ ਪਿਆਰਿਓ, ਸਾਡੀ ਅਮਾਨਤ, ਸਾਡੀ ਚੀਜ਼ ਬੜੇ ਲੰਬੇ ਸਮੇਂ ਤੋਂ ਸਾਡੇ ਕੋਲ ਖੁੰਝੀ ਹੋਈ ਹੈ, ਬੜੇ ਲੰਬੇ ਸਮੇਂ ਤੋਂ, ਔਰ ਉਸ ਵਸਤੂ ਨੂੰ ਸਾਡੇ ਦਾਦੇ ਬਾਬੇ ਪੜਦਾਦਿਆਂ ਨੇ ਇੱਕ ਕਰਤਾ ਦਿਨ ਰਾਤ, ਪਰ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੇ ਦਿਨ ਰਾਤ ਇੱਕ ਕੀਤਾ, ਆਪਾਂ ਕੋਈ ਵੀ ਜਿੰਨਾ ਕੁ ਹੋ ਸਕਦਾ ਉਹ ਜਿਹੜੀ ਅਮਾਨਤ, ਜਿਹੜੀ ਸਾਡੀ ਵਸਤੂ ਸਾਡੇ ਤੋਂ ਖੁੱਸੀ ਹੋਈ ਹੈ,
ਬਈ ਉਹਦੇ ਵੱਲ ਥੋੜ੍ਹਾ ਧਿਆਨ ਦਿੱਤਾ ਜਾਏ। ਤੋ ਧਿਆਨ ਦਿਓ, ਕਹਿੰਦੇ ਆ ਮੈਨੂੰ ਇੰਨਾ ਨਹੀਂ ਪਤਾ ਬਈ ਸਭ ਤੋਂ ਡੇਂਜਰ ਜਿਹੜਾ ਜ਼ਹਿਰੀਲਾ ਜਿਹੜਾ ਸੱਪ ਆ ਉਹਨੂੰ ਕੋਬਰਾ ਕਹਿੰਦੇ ਆ, ਖੜੱਪਾ ਕਹਿੰਦੇ ਆ, ਫਨੀਅਰ ਕਹਿੰਦੇ ਆ ਕੋਬਰਾ। ਉਹਦੇ ਕੋਲ ਮਣੀ ਹੈ, ਲਪੇਟਾ ਪਾ ਆਇਆ ਅਤੇ ਮਣੀ ਦੇ ਉੱਤੇ ਉਹ ਮੇਲਦਾ ਪਿਆ, ਮਣੀ ਅਮਾਨਤ ਤੁਹਾਡੀ ਹੈ ਲੇਕਿਨ ਲਪੇਟਾ ਪਾ ਕੇ ਉਹ ਬੈਠਾ ਆ। ਬਸ ਇਸ਼ਾਰਾ ਤੁਸੀਂ ਸਮਝ ਲਓ ਵੀ ਮਣੀ ਤੁਸੀਂ ਲੈਣੀ ਆ, ਉਹ ਕਿੱਦਾਂ ਮਿਲ ਸਕਦੀ ਹੈ, ਭਾਵ ਉਹ ਅਮਾਨਤ ਤੁਹਾਡੀ ਕਿੱਦਾਂ ਮਿਲ ਸਕਦੀ ਆ, ਪਰ ਉਹ ਫਰਾਟੇ ਮਾਰਦਾ ਪਿਆ, ਲਪੇਟਾ ਪਾ ਆਇਆ। ਸਮਝਦਾ ਰਿਹਾ ਤੁਸੀਂ ਬਈ ਪਿਆਰ ਨਾਲ ਤਾਂ ਉਹ ਦੇਣ ਵਾਲਾ ਹੈ ਨਹੀਂ, ਕਿਉਂਕਿ ਬਹੁਤ ਲੰਬਾ ਸਾਲ ਹੋ ਗਿਆ ਆ, ਹੁਣ ਦਿੱਤੀ ਹੀ ਨਹੀਂ। ਤਾਂ ਇਹਦੇ ਲਈ ਆਪ ਜੀ ਨੂੰ ਪ੍ਰਯਾਸ ਅਤੇ ਪ੍ਰਯਤਨ ਕਰਨਾ ਪਊਗਾ ਵੀ ਜਿਹੜੀ ਅਮਾਨਤ ਹੈ ਉਹ ਸਾਨੂੰ ਮਿਲ ਜਾਏ। ਮੈਨੂੰ ਕਹਿੰਦੇ ਬਾਬਾ ਜੀ ਕਿੱਦਾਂ ਗੱਲ ਬਣ ਜਾਊਗੀ, ਮੈਂ ਕਿਹਾ ਵੀ ਇੱਥੇ ਜੀ ਟੀ ਰੋਡ 'ਤੇ ਨਾ ਜਲੰਧਰ 'ਚ ਵਧੀਆ ਤੋਂ ਵਧੀਆ ਕਿਸਮ ਦੇ ਨਾ 25 ਕੁ ਕੁੱਤੇ ਨਾ ਐਨ ਚੰਗੀ ਤਰ੍ਹਾਂ ਤਿਆਰ ਕਰਕੇ ਖੜ੍ਹੇ ਕਰ ਦਿਓ ਵੀ ਦਿੱਲੀ ਨੂੰ ਜਾਣਾ, ਵਧੀਆ ਕਿਸਮ ਦੇ ਆ ਜੀ ਟੀ ਰੋਡ ਰਾਹੀਂ ਜਾਣਾ। ਤਾਂ ਮੈਂ ਪੁੱਛਿਆ, ਮੈਂ ਕਿਹਾ ਵੀ ਇਹ ਦਿੱਲੀ ਪਹੁੰਚ ਜਾਣਗੇ? ਕਦੇ ਲਾ ਇਹ ਕਿਹੜੀ ਗੱਲ ਕੀਤੀ, ਪਹੁੰਚ ਜਾਣਗੇ। ਮੈਂ ਕਿਹਾ ਦੇਖ ਲਓ ਇੱਕ ਵਾਰੀ ਫੇਰ ਸੋਚ ਲਓ। ਕਹਿੰਦੇ ਹਾਂ ਬਾਬਾ ਜੀ ਕੁਛ ਲੱਗਦਾ ਇੱਦਾਂ ਦਾ। ਮੈਂ ਕਿਹਾ ਫੇਰ ਸੋਚ ਲਓ, ਗੱਲ ਕੀ ਜੀ ਉਹ ਪੂਰਾ ਜਵਾਬ ਨਹੀਂ ਦੇ ਪਾਏ, ਕਦੀ ਕਹਿਣ ਉਹ ਚਲ ਜਾਣਗੇ, ਕਦੀ ਕਹਿੰਦੇ ਨਹੀਂ ਔਖਾ ਆ। ਅਸੀਂ ਕਿਹਾ ਵੀ ਉਹਨਾਂ ਨੇ ਠੀਕ ਹੈ ਤਿਆਰ ਕਰਕੇ ਭੇਜਣੇ ਆ ਆ ਜੀ ਟੀ ਰੋਡ ਰਾਹੀਂ, ਐਂ ਨਲਾ ਤਲਾ ਕੇ ਖਲਾ ਪਲਾ ਕੇ ਤਿਆਰ ਕਰਕੇ, ਪਰ ਜਦੋਂ ਉਹਨਾਂ ਨੇ ਨਾ ਆਪਣੀ ਹੱਦ ਲੰਘਣੀ ਹੈ ਅਤੇ ਦੂਜੀ ਹੱਦ 'ਚ ਹੱਦ 'ਚ ਜਾਣਾ ਇੰਟਰ ਹੋਣਾ, ਅਤੇ ਉਹਨਾਂ ਦੇ ਜਿਹੜੇ ਸਾਥੀ ਆ ਨਾ ਉਹਨਾਂ ਨੇ ਉਹਨਾਂ ਨੂੰ ਫੜ ਲੈਣਾ ਵੀ ਤੂੰ ਮੋੜ ਦੀ ਸਾਡੇ ਦੀ ਕਿੱਦਾਂ ਲੰਘ ਜਾਏਗਾ। ਕੁੱਤਾ ਦਿੱਲੀ ਪਹੁੰਚ ਸਕਦਾ ਪਰ ਉਹਦੇ ਆਪਣਿਆਂ ਨੇ ਨਹੀਂ ਜਾਣ ਦੇਣਾ। ਫਿਰ ਮੈਂ ਕਿਹਾ ਇੱਦਾਂ ਕਰੋ, ਫਿਰ ਮੈਨੂੰ ਦੱਸਿਆ ਕਹਿੰਦੇ ਗੱਲ ਬਣ ਜਾਊ। ਮੈਂ ਕਿਹਾ ਕੋਈ ਗੱਲ ਨਹੀਂ, ਮੇਰੇ ਕੋਲ ਜਵਾਬ ਸਿੱਧੇ ਜਾਏ ਆ। ਅਸੀਂ ਕਿਹਾ ਵੀ ਇੱਕ ਕੁਇੰਟਲ ਆਟਾ ਲੈ ਲਓ, ਇੱਕ ਕੁਇੰਟਲ ਦੇਸੀ ਘੇ ਲੈ ਲਓ, ਦੇਸੀ ਘੇ ਦਾ ਕੜਾਹ ਬਣਾ ਕੇ ਢੇਰੀ ਲਾ ਕੇ ਰੱਖ ਦਿਓ, ਬਸ ਉਹੀ। ਫਿਰ ਆਪਣੇ ਖਾਲਸਾ 'ਚ ਦੱਸ ਕੇ ਹਟੇ ਨੇ 12,500 ਪਿੰਡ ਆ। ਮੈਂ ਕਿਹਾ 12,500 'ਚੋਂ 5-5 ਕੁੱਤੇ ਲੈ ਆਓ ਅਤੇ ਇਕੱਠੇ ਕਰਕੇ ਰੱਖ ਦਿਓ, ਦੇਖੀਏ ਖਾ ਲੈਂਦੇ ਆ ਕੜਾਹ ਦੇ ਢੇਰ ਨੂੰ। ਕਹਿੰਦੇ ਜੀ ਨਹੀਂ ਖਾ ਹੋਣਾ। ਮੈਂ ਕਿਹਾ ਫਿਰ? ਕਹਿੰਦੇ ਲਹੂ ਲਹਾਣ ਹੋ ਜਾਣਗੇ ਅੱਗੇ, ਫਿਰ ਕਹਿੰਦੇ ਮਰ ਮੁਰ ਜਾਣੇ ਆ। ਤਾਂ ਫਿਰ ਮੈਂ ਕਿਹਾ ਕੜਾਹ? ਕਹਿੰਦੇ ਪਿਆ ਰਹਿਣਾ। ਫਿਰ ਮੈਂ ਕਿਹਾ ਇਹੀ ਹਾਲ ਸਾਡਾ ਆ। ਤੋ ਜ਼ਿਆਦਾ ਨਾ ਵਿਚਾਰ ਦੇਈਏ, ਤਵੱਜੋ ਦੇਣੀ। ਜੰਗਲ ਦੀ ਕਟਾਈ ਹੋ ਰਹੀ ਹੈ, ਜੰਗਲ ਦੀ ਕਟਾਈ ਹੋਈ ਆ, ਕਟਾਈ ਹੋ ਰਹੀ ਆ। ਧੜਾ ਧੜ ਜੰਗਲ ਕੱਟਿਆ ਵੱਢਿਆ ਜਾ ਰਿਹਾ, ਅਤੇ ਵਿੱਚੇ ਜੰਗਲ ਦੇ ਜਿਹੜੇ ਜੀਵ ਜੰਤੂ ਸੀ ਉਹਨਾਂ ਨੇ ਇਲੈਕਸ਼ਨ ਸ਼ੁਰੂ ਕਰਤੀ। ਇੱਧਰੋਂ ਜੰਗਲ ਕੱਟ ਹੋ ਰਿਹਾ, ਉੱਧਰੋਂ ਇਲੈਕਸ਼ਨ ਸ਼ੁਰੂ ਹੋ ਗਿਆ। ਜਦੋਂ ਇਲੈਕਸ਼ਨ ਸ਼ੁਰੂ ਹੋਇਆ ਅਤੇ ਜਿੰਨੇ ਵੀ ਜੰਗਲ ਦੇ ਵਿੱਚ ਜੀਵ ਜੰਤੂ ਰਹਿਣ ਵਾਲੇ ਸੀਗੇ ਸਾਰੇ ਜਣੇ ਨਾ ਕੁਹਾੜੇ ਨੂੰ ਹੀ ਵੋਟਾਂ ਪਾਈ ਗਏ, ਕੁਹਾੜੇ ਨੂੰ। ਉਹ ਇੱਕ ਵਿੱਚੋਂ ਆਇਆ ਜੀਵ ਜੰਤੂ ਜੰਗਲ 'ਚ, ਉਹ ਕਹਿੰਦਾ ਉਹ ਅਕਲ ਕਰੋ, ਤੁਹਾਨੂੰ ਪਤਾ ਨਹੀਂ ਉਹ ਪਰਲੀ ਸਾਈਡ ਤਾਂ ਸਾਰੀ ਵੱਢ ਮਾਰੀ। ਉਹ ਕਹਿੰਦੇ ਬਹਿ ਜਾ ਤੂੰ ਨਵਾਂ ਆਇਆ, ਬਹਿ ਜਾ। ਅੱਗੇ ਕੀ ਹੋਇਆ? ਉਹ ਕਹਿੰਦੇ ਸਾਨੂੰ ਵੀ ਪਤਾ ਆ ਵੀ ਉਧਰਲੀ ਸਾਈਡ ਸਾਰੀ ਕੱਟ ਮਾਰੀ ਆ ਅਤੇ ਹੌਲੀ ਹੌਲੀ ਜੰਗਲ ਖਤਮ ਹੋ ਜਾਣਾ। ਮੈਂ ਕਿਹਾ ਫਿਰ? ਉਹ ਕਹਿ ਰਿਹਾ। ਤੋ ਧਿਆਨ ਦੇਣਾ, ਸਾਰੇ ਕੁਹਾੜੇ ਨੂੰ ਵੋਟ ਪਾ ਰਿਹਾ ਤਾਂ ਜਿਹੜਾ ਪੁੱਛਦਾ ਉਹ ਅਕਲ ਕਰੋ, ਉਹ ਕਹਿੰਦਾ ਬਹਿ ਜਾ ਤੂੰ ਨਵਾਂ ਆਇਆ ਤੈਨੂੰ ਨਹੀਂ ਪਤਾ। ਅਖੀ ਕੀ ਹੋਇਆ? ਕਹਿੰਦੇ ਕੁਹਾੜੇ ਦੀ ਕੀ ਮਜ਼ਾਲ ਸੀ, ਕੁਹਾੜੇ ਦੀ ਕੀ ਤਾਕਤ ਸੀ, ਉਹ ਸਾਨੂੰ ਵੱਢ ਜਾਂਦਾ, ਪਰ ਜਿਹੜਾ ਉਹਦੇ ਵਿੱਚ ਨਾ ਦਸਤਾ ਪਾ ਆਇਆ ਉਹ ਸਾਡਾ ਭਰਾ ਆ, ਸਾਡਾ ਭਰਾ ਆ, ਸਾਡੀ ਨਸਲ ਆ, ਸਾਡੀ ਵੰਸ਼ ਆ। ਸੋ ਇਸ ਲਈ ਇੱਥੋਂ ਮਾਰ ਖਾ ਰਹੇ ਹਾਂ। ਤੋ ਗੁਰਮੁਖ ਪਿਆਰਿਓ, ਮੈਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਜਾਣਾ ਵੀ ਹੈ।
ਪਿਛਲੀ ਸੰਗਰਾਂਦ 'ਤੇ ਵੀ ਉਦੋਂ ਵੀ ਲੇਟ ਸੀ, ਹਾਂ ਮੇਰਾ ਤਾਂ ਹਰ ਵਾਰੀ ਰਿਜ਼ਲਟ ਫੇਲ ਹੀ ਆਇਆ। ਸਕੂਲ ਦਾ ਰਿਜ਼ਲਟ ਕਹਿੰਦੇ ਐਤਕੀ 100% ਆਇਆ, ਚਾਲੂ ਕੀਤਾ ਐਤਕੀ ਪਹਿਲੀ ਵਾਰ ਜਿਹੜੇ 31 ਬੱਚੇ ਸੀਗੇ ਸਕੂਲ 'ਚ ਪੜ੍ਹਦੇ ਦਸਵੀਂ 'ਚ, ਕਿਉਂਕਿ ਦਸਵੀਂ ਸਕੂਲ ਦਾ ਵੇਸ ਹੁੰਦੀ ਹੈ, ਉਹੀ ਹੁੰਦਾ ਸਾਰਾ, ਅਤੇ ਉਹ ਸਾਰੇ ਦੇ ਸਾਰੇ ਫਸਟ ਡਿਵੀਜ਼ਨ 'ਚ ਪਾਸ ਆਏ ਹੈ ਔਰ ਸਾਰੇ ਦੇ ਸਾਰੇ ਪਾਸ ਹੋ ਗਏ। ਹੁਣ ਮੈਨੂੰ ਵੀ ਆਪਣੇ ਬਿਆਨ ਬਦਲਣੇ ਪੈਣੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਸਟੇਜਾਂ 'ਤੇ ਬਈ ਜੇ 25 ਬੱਚੇ ਪੜ੍ਹਦੇ ਜਾਂ 30 ਪੜ੍ਹਦੇ ਸਾਰੇ ਫੇਲ ਨਹੀਂ ਹੁੰਦੇ, ਸਾਰੇ ਪਾਸ ਨਹੀਂ ਹੁੰਦੇ, ਸਾਡੇ ਸਕੂਲ ਨੇ ਸਾਨੂੰ ਹੀ ਬੰਦ ਕਰਤਾ ਬੋਲਣਾ। ਹੁਣ ਮੈਨੂੰ ਆਪਣੇ ਬੋਲ ਜਿਹੜੇ ਹੈ ਨਾ ਵਾਪਸ ਲੈਣੇ ਪੈਣੇ, ਵੀ ਸਾਰੇ ਫੇਲ ਨਹੀਂ ਹੁੰਦੇ, ਸਾਰੇ ਪਾਸ ਨਹੀਂ ਹੁੰਦੇ, ਅਤੇ ਸਾਰੇ ਫੇਲ ਜਾਂ ਪਾਸ ਨਹੀਂ ਹੁੰਦੇ ਅਤੇ ਸਾਰੇ ਮਿਲੀਟਰ ਨਹੀਂ ਬਣਦੇ ਅਤੇ ਸਾਰੇ ਦੇ ਸਾਰੇ ਫਸਟ ਔਰ ਸੈਕਿੰਡ ਔਰ ਥਰਡ ਨਹੀਂ ਆਉਂਦੇ। ਪਰ ਇੱਥੇ ਇਹਨਾਂ ਦੱਸਤਾ ਵੀ ਸਾਰੇ ਪਾਸ ਵੀ ਹੋ ਸਕਦੇ ਆ ਅਤੇ ਬਹੁਤ ਵਧੀਆ। ਔਰ ਫਸਟ ਡਿਵੀਜ਼ਨ 'ਚ ਇਸ ਖੁਸ਼ੀ 'ਚ ਠੇਕੇਦਾਰ ਨੇ ਸਾਰਿਆਂ ਨੂੰ ਫਰੂਟ ਛਕਾਇਆ, ਮਦਨ ਜੀ ਨੇ ਬੈਗ ਦਿੱਤੇ ਔਰ ਪੱਪੂ ਅਸਟਰੀਆ ਜੀ ਆਇਆ, ਉਹਨਾਂ ਨੇ ਕਾਪੀਆਂ ਦਿੱਤੀਆਂ ਔਰ ਰਾਮ ਕੁਮਾਰ ਸੁੰਡ ਦਿੱਲੀ ਤੋਂ ਆਏ ਆ, ਉਹਨਾਂ ਨੇ ਸਾਰਾ ਸਟੇਸ਼ਨਰੀ ਦਾ ਸਮਾਨ ਦਿੱਤਾ ਔਰ ਉਹ ਅੱਜ ਵੀ ਦਿੱਲੀ ਤੋਂ ਆਏ ਹੋਏ ਆ ਔਰ ਕਹਿੰਦੇ ਅਸੀਂ ਆਉਣ ਵਾਲੇ ਟਾਈਮ 'ਚ ਫਿਰ ਸਮਾਨ ਦੇਣਾ। ਅਤੇ ਹੁਣ ਅਸੀਂ ਕਿਹਾ ਬਈ ਪਹਿਲੀ ਤੋਂ ਲੈ ਕੇ 9ਵੀਂ ਤੱਕ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਆ ਉਹਨਾਂ ਨੂੰ ਸਕੂਲੇ ਸਮਾਗਮ ਰੱਖ ਕੇ ਫਿਰ ਸਾਰਾ ਸਟਾਫ ਅਤੇ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ ਸਾਰੇ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਫਿਰ ਬੱਚਿਆਂ ਨੂੰ ਸਨਮਾਨਿਤ ਕਰਾਂਗੇ। ਧੰਨਵਾਦ ਆ ਬਈ ਜੇ 4 ਅੱਖਰ ਪੜ੍ਹ ਰਹੇ, ਬੜੀ ਖੁਸ਼ੀ ਦੀ ਗੱਲ ਹੈ ਬਈ 4 ਪੁਆਇੰਟਾਂ ਤੋਂ ਇੱਕ ਬੇਟੀ ਰਹਿ ਗਈ, 6 ਪੁਆਇੰਟ 'ਤੇ ਇੱਕ ਬੱਚੀ ਸਕੂਲ ਤੋਂ ਆਈ ਆ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੇਤੇਵਾਲੀ ਤੋਂ, ਉਹਦੇ ਵਿੱਚ 4 ਪੁਆਇੰਟ ਘੱਟ ਗਏ ਕਿਉਂਕਿ ਐਤਕੀ ਸਰਕਾਰ ਨੇ ਆਖਿਆ ਵੀ ਜਿਹੜਾ ਬੱਚਾ 97% ਅੰਕ ਲਊਗਾ ਉਹਨੂੰ ਮੈਰਿਟ ਲਿਸਟ 'ਚ ਸ਼ਾਮਿਲ ਕੀਤਾ ਜਾਊਗਾ। ਤੋ ਲਗਭਗ 97% ਦਾ ਰਿਜ਼ਲਟ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੇਤੇਵਾਲੀ ਨੇ ਦੇ ਦਿੱਤਾ ਆ। ਤੋ ਵਧਾਈ ਹੈ ਸਟਾਫ ਦੀ ਔਰ ਪ੍ਰਬੰਧਕ ਸੇਵਾਦਾਰਾਂ ਦੀ ਅਤੇ ਬੱਚਿਆਂ ਦੀ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ, ਬਹੁਤ ਬਹੁਤ ਧੰਨਵਾਦ ਹੈ। ਅਤੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਮਾਫ ਕਰਨਾ, ਆਉਣ ਵਾਲਾ ਸਮਾਂ ਬੜਾ ਨਾਜ਼ੁਕ ਹੈ, ਇਹਦਾ ਸੰਤਾਪ, ਇਹਦਾ ਜਿਹੜਾ ਸੇਕ ਹੈ ਇਕੱਲੇ ਸ਼ੂਦਰਾਂ ਨੂੰ, ਦਲਿਤਾਂ ਨੂੰ, ਆਧਰਮੀਆਂ ਨੂੰ, ਚਮਾਰਾਂ ਨੂੰ, ਆਦਿਵਾਸੀਆਂ ਜਾਂ ਮੂਲ ਨਿਵਾਸੀਆਂ ਨੂੰ ਨਹੀਂ ਲੱਗਣਾ, ਇਹ ਚੇਤੇ ਰੱਖਿਓ। ਇਹਦੀ ਲਪੇਟ ਦੇ ਵਿੱਚ ਕ੍ਰਿਸਚਨ ਵੀ ਆਉਣਗੇ, ਇਹਦੀ ਲਪੇਟ ਦੇ ਵਿੱਚ ਮੁਸਲਮਾਨ ਵੀ ਆਉਣਗੇ ਔਰ ਇਹਦੀ ਲਪੇਟ 'ਚ ਸਿੱਖ ਵੀ ਆਉਣਗੇ ਔਰ ਇਹਦੀ ਲਪੇਟ 'ਚ ਦਲਿਤ ਵੀ ਆਉਣਗੇ। ਇਹ ਧਿਆਨ ਦਿਓ, ਆਉਣ ਵਾਲਾ ਸਮਾਂ ਬੜਾ ਡੇਂਜਰ ਆ, ਖਤਰਨਾਕ ਆ। ਔਰ ਮੈਨੂੰ ਇੰਨੇ ਕੁ ਅਰਮਾਨ ਨਜ਼ਰ ਆ ਰਹੇ ਆ ਵੀ ਇਹਨਾਂ ਨੇ ਇਕੱਲਿਆਂ ਨੇ ਨਹੀਂ ਮਰਨਾ, ਇਹਨਾਂ ਨੇ ਸਾਰਿਆਂ ਨੂੰ ਲੈ ਕੇ ਮਰਨਾ ਆ, ਬਸ ਇਹਦਾ ਫਿਕਰ ਆ, ਇਹਦੀ ਚਿੰਤਾ ਆ ਵੀ ਇਹਨਾਂ ਨੇ ਇਕੱਲਿਆਂ ਨੇ ਨਹੀਂ ਡੁੱਬਣਾ, ਇਹਨਾਂ ਨੇ ਬਾਕੀਆਂ ਨੂੰ ਵੀ ਲੈ ਕੇ ਡੁੱਬ ਮਰਨਾ ਆ। ਇਹ ਆਉਣ ਵਾਲਾ ਸਮਾਂ ਨਾਜ਼ੁਕ ਆ ਰਿਹਾ, ਇਹ ਇਸ ਤੋਂ ਮੈਂ ਥੋੜ੍ਹਾ ਚਿੰਤਤ ਹੈ। ਹੋ ਸਕਦਾ ਕਿ ਤੁਸੀਂ ਕਹੋਗੇ ਵੀ ਬਾਬੇ ਦਾ ਦਿਮਾਗ ਖਰਾਬ ਹੋ ਗਿਆ, ਵਾਕਿਆ ਹੀ ਇਹ ਖਰਾਬ ਹੈ, ਅਤੇ ਕੋਈ ਗੱਲ ਨਹੀਂ, ਸਦਾ ਬਾਬੇ ਦੀਆਂ ਨਹੀਂ ਰਹਿੰਦੀਆਂ, ਸਦਾ ਪੋਤੇ ਦੀਆਂ ਨਹੀਂ ਰਹਿੰਦੀਆਂ, ਰੋਜ਼ ਗੋਗਲੇ ਵਾਲਾ ਮੀਂਹ ਨਹੀਂ ਪੈਂਦਾ। ਧਿਆਨ ਦੇਣਾ, ਇਹ ਇੱਕ ਦਿਨ ਤੁਸੀਂ ਚੇਤਾ ਰੱਖਿਓ, ਇਹ ਸਮਾਂ ਇੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਔਰ ਇੱਦਾਂ ਦੀ ਪੁਜੀਸ਼ਨ ਬਣਦੀ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਅਸੀਂ ਸਾਰੇ ਲਪੇਟ 'ਚ ਆ ਜਾਓਗੇ ਤਾਂ ਬੜਾ ਮੁਸ਼ਕਲ ਹੋਏਗਾ, ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਰਹਿਣਾ। ਇੱਕ ਵਾਰੀ ਪਤਾ ਲੱਗਾ, ਕਹਿੰਦੇ ਵੀ ਕਿਸੇ ਨੇ ਅੱਗ ਲਾ ਤੀ, ਹਲਾ ਲਾ ਹੋ ਰਹੀ ਹੈ ਅਤੇ ਇੱਕ ਛੋਟੀ ਜਿਹੀ ਚਿੜੀ ਆ ਉਹ ਪਾਣੀ 'ਚੋਂ ਭਿੱਜ ਕੇ ਉੱਥੇ ਉਹ ਪਰਪੁਰ ਜੇ ਮਾਰਦੀ ਹੈ, ਸਾਰੇ ਕਹਿੰਦੇ ਇਹ ਦੇਖ ਇਹਦਾ ਦਿਮਾਗ ਖਰਾਬ ਹੈ, ਅਸੀਂ ਅੱਗ ਇੰਨੀ ਢੰਗ ਤਰੀਕੇ ਨਾਲ ਲਾਈ ਆ ਵੀ ਇਹ ਬੁੱਝ ਨਹੀਂ ਸਕਦੀ, ਆ ਛੋਟੀ ਜਿਹੀ ਚਿੜੀ ਕੀ ਕਰ ਲਏਗੀ। ਪਰ ਵਿਦਵਾਨ ਨੇ ਦੱਸਿਆ ਵੀ ਤੁਸੀਂ ਆਪਣੀ ਜਗ੍ਹਾ ਠੀਕ ਹੈ, ਉਹ ਆਪਣੀ ਜਗ੍ਹਾ ਠੀਕ ਆ, ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਤੁਹਾਡਾ ਉੱਭਰ ਕੇ ਨਾਂ ਸਾਹਮਣੇ ਆਏਗਾ ਵੀ ਤੁਸੀਂ ਅੱਗ ਲਾਉਣ ਵਾਲਿਆਂ 'ਚ ਸੀ,
ਜਦੋਂ ਇਤਿਹਾਸ ਲਿਖਿਆ ਜਾਊਗਾ, ਜ਼ਿਕਰ ਕੀਤਾ ਜਾਊਗਾ ਇਸ ਚਿੜੀ ਦਾ, ਤਾਂ ਇਹਦਾ ਜ਼ਿਕਰ ਆਊਗਾ ਅੱਗ ਬੁਝਾਉਣ ਵਾਲਿਆਂ 'ਚ। ਭਾਵੇਂ ਇਹਦੀ ਇਹਦੀ ਗੱਲ ਬਣਨੀ ਨਹੀਂ, ਪਰ ਉਹ ਪ੍ਰਯਾਸ ਕਰ ਰਹੀ ਹੈ। ਮੈਨੂੰ ਪਤਾ ਇਹ ਗੱਲ ਛੇਤੀ ਬਣਨ ਵਾਲੀ ਨਹੀਂ, ਪਰ ਜਦੋਂ ਇਤਿਹਾਸ ਲਿਖਿਆ ਜਾਊਗਾ, ਸਾਡਾ ਇਤਿਹਾਸ ਜਿਹੜਾ ਆ ਇਸ ਡੇਰੇ ਦਾ ਅੱਗ ਲਾਉਣ ਵਾਲਿਆਂ 'ਚ ਨਹੀਂ ਹੋਊਗਾ, ਅੱਗ ਬੁਝਾਉਣ ਵਾਲਿਆਂ 'ਚ ਹੋਏਗਾ। ਕੋਈ ਕ੍ਰਾਂਤੀਕਾਰੀ ਦਾ ਬੁੱਲਾ ਪਗਾ ਦੇ ਔਰ ਜਿਹੜਾ ਸਾਰੇ ਨਿੰਬਲ ਹੋ ਜਾਏ, ਸ਼ਾਂਤੀ ਹੋ ਜਾਏ ਔਰ ਸਾਰਿਆਂ ਨੂੰ ਧਿਆਨ ਦਿਓ। ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦੇ ਹਾਂ। ਕਿੱਦਾਂ? ਤਕੜੇ ਦੀ ਲਾਠੀ ਥੱਲੇ, ਮਾੜਾ ਕੋਈ ਹੋਵੇ ਨਾ, ਦੁਨੀਆਂ ਦੇ ਵਿੱਚ ਬੰਦਾ ਕੋਈ ਗਮ ਦਾ ਮਾਰਾ ਹੋਵੇ ਨਾ। ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦੇ ਹਾਂ। ਭਾਵ ਸਭ ਨੂੰ ਮਾਣ ਸਨਮਾਨ ਸਤਿਕਾਰ ਔਰ ਦੋ ਵਕਤ ਦਾ ਪ੍ਰਸ਼ਾਦਾ ਰੋਖਾ ਮਿੱਸਾ ਮਿਲਣਾ ਚਾਹੀਦਾ, ਸਭ ਨੂੰ ਕੁੱਲੀ ਗੁੱਲੀ ਜੁੱਲੀ ਮਿਲਣੀ ਚਾਹੀਦੀ ਹੈ ਔਰ ਸਭ ਨੂੰ ਆ ਆਈ ਚਲਾਈ ਵਾਸਤੇ ਮਿਲਦੇ ਰਹਿਣੇ ਚਾਹੀਦੇ। ਬਹੁਤ ਬਹੁਤ ਧੰਨਵਾਦ। ਪੇਟ ਤੁਹਾਨੂੰ ਵੀ ਲੱਗਾ ਆ, ਪੇਟ ਸਾਨੂੰ ਵੀ ਲੱਗਾ ਆ, ਪੇਟ ਸਾਰਿਆਂ ਨੂੰ ਲੱਗਾ ਆ। ਅਰਦਾਸ ਕਰੋ ਕਿ ਰੁੱਖਾ ਮੁੱਸਾ ਭੋਜਨ ਮਿਲਦਾ ਰਹੇ ਔਰ ਇੱਜ਼ਤ ਬਣੀ ਰਹੇ। ਆਓ, ਇਹ ਦਾਤਾਂ ਤਾਂ ਦੇ ਰਿਹਾ ਕਾਂਚੀ ਵਾਲਾ।
ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਕੁਛ ਬਖਸ਼ਿਸ਼ ਕਰ ਰਿਹਾ ਹੈ, ਉਹ ਕਰਮਨਵਾਜੀ ਕਰ ਰਿਹਾ, ਅਸੀਸਾਂ ਦੇ ਰਿਹਾ ਹੈ, ਲੇਕਿਨ ਕੀ ਕੀਤਾ ਜਾਏ।
ਸਤਿਗੁਰਾਂ ਤੇ ਫਰਮਾਨ ਕਰਤਾ ਬਾਣੀ ਅੰਦਰ ਮਨ ਜੀਤੇ ਜਗ ਜੀਤ ਫਰੀਦਾ ਜੇ ਤੂੰ ਮੇਰਾ ਹੋ ਰਿਹਾ ਹੈ ਸਭ ਜਗ ਤੇਰਾ ਹੋਵੇ। ਤੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹੱਥ ਜੋੜ ਕੇ ਲਾਸਟ ਵਿੱਚ ਮੈਂ ਇੱਕੋ ਹੀ ਬੇਨਤੀ ਕਰ ਰਿਹਾ ਸਾਰਿਆਂ ਨੂੰ, ਹੁਣ ਕੋਈ ਸਾਜਾ ਸੋਜਾ ਨਾਲ ਨਹੀਂ, ਕੋਈ ਗੱਲਬਾਤ ਨਹੀਂ, ਬਸ ਲਾਸਟ ਹੈ। ਇਹ ਵੀ ਨਹੀਂ ਵੀ ਕਲਾਕਾਰਾਂ ਨੂੰ ਸਥਾਈ ਅੰਤਰ ਆਇਆ, ਇਹ ਵੀ ਨਹੀਂ ਗਾ, ਧਿਆਨ ਦੇਣਾ, ਹੱਥ ਜੋੜ ਕੇ ਹੈ ਬੇਨਤੀ। ਸੁਣ ਕੰਛੀ ਵਾਲੇ ਪ੍ਰੀਤਮਾ, ਸੁਣ ਕੰਛੀ ਵਾਲੇ ਪ੍ਰੀਤਮਾ, ਮੈਂ ਹੱਥ ਬੰਨ ਅਰਜ਼ ਗੁਜ਼ਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ। ਸੁਣ ਕੰਛੀ ਵਾਲੇ ਪ੍ਰੀਤਮਾ, ਮੈਂ ਹੱਥ ਬੰਨ ਅਰਜ਼ ਗੁਜ਼ਾਰੀ, ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿਲਰ ਗਈ ਸਾਰੇ। ਇਹ ਅਗਲੀ ਗੱਲਬਾਤ 26 ਤਰੀਕ ਨੂੰ ਕਰਾਂਗੇ, ਇੱਥੇ ਪਿੰਡ ਗ੍ਰਹਿੰਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਸੰਤਾਂ ਦੀ। ਅੱਜ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਬਹੁ ਗਿਣਤੀ 'ਚ ਪਹੁੰਚੇ ਹਾਂ, ਧੰਨਵਾਦ ਤੁਹਾਡਾ ਸਾਰੀਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ, ਪਤਵੰਤੇ ਸੱਜਣਾਂ ਦਾ, ਨੇਤਾਗਣ ਲੋਕਾਂ ਦਾ, ਰਾਗੀਆਂ ਢਾਡੀਆਂ ਕਲਾਕਾਰਾਂ ਦਾ, ਬੁੱਧੀਜੀਵੀ ਵਿਦਵਾਨਾਂ ਦਾ, ਸਾਰੀ ਸੰਗਤ ਦਾ ਕੋਟਣ ਕੋਟ ਧੰਨਵਾਦ। ਇੱਦਾਂ ਪਿਆਰ ਹੁੰਗਾਰਾ ਮਿਲਦਾ ਰਿਹਾ ਤਾਂ ਮੈਂ ਹੌਲੀ ਹੌਲੀ ਸ਼ਾਂਤ ਹੋ ਜਾਵਾਂਗਾ, ਠੀਕ ਠਾਕ ਹੋ ਜਾਵਾਂਗਾ। ਔਰ ਤੁਹਾਡੀ ਜਿਹੜੀ ਟ੍ਰੀਟਮੈਂਟ ਕੀਤੀ ਹੋਈ ਮੇਰੀ ਜਿਹੜੀ ਆ ਉਹ ਮੇਰੇ ਪੱਲੇ ਪੈ ਜਾਣੀ ਆ, ਖਾਨੇ ਪੈ ਜਾਣੀ ਆ, ਮੈਂ ਠੀਕ ਠਾਕ ਹੋ ਜਾਣਾ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਆਸ਼ੀਰਵਾਦ ਦੇ ਨਾਲ। ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਅਤੇ ਹੁਣ ਇਹ ਮੁੜ ਕੇ ਵਾਪਸ 12 ਵਜੇ ਰਾਤ ਨੂੰ ਆ ਹੋਣਾ, ਅਤੇ 12 ਵਜੇ ਤੱਕ ਜਾਤੇ ਸਾਨੂੰ ਛੁੱਟੀਆਂ ਦੇ, ਅਸੀਂ ਉੱਧਰ ਕਮਲ ਘੋਟ ਆਈਏ, ਉੱਧਰ ਵੀ ਕਮਲੀਆਂ ਜੰਮਲੀਆਂ ਛੱਡ ਕੇ ਆਉਣੀਆਂ। ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਲਗਭਗ 2 ਮਹੀਨੇ ਬਾਅਦ ਤੁਹਾਡੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਕਿਸੇ ਨੇ ਮਾਇੰਡ ਨਹੀਂ ਕਰਨਾ। ਅਤੇ ਅਸੀਂ ਕੋਈ ਚੰਗੇ ਨਹੀਂ, ਤੁਸੀਂ ਸਾਡੇ ਤੋਂ ਸਾਰੇ ਅੱਛੇ ਹੈ, ਤੁਸੀਂ ਅੱਛੇ ਬਣ ਕੇ ਰਹਿਣਾ। ਔਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਵੀ ਸੱਚੇ ਪਾਤਸ਼ਾਹ ਸਾਨੂੰ ਸਮਤ ਸੋਝੀ ਦੇ ਕਿ ਅਸੀਂ ਤੇਰੇ ਚਰਨਾਂ 'ਚ ਰਹਿ ਕੇ ਔਰ ਜਿਹੜਾ ਜੀਵਨ ਮਿਲਿਆ ਉਹ ਸੁਚੱਜੇ ਢੰਗ ਨਾਲ ਬਤੀਤ ਹੋ ਸਕੇ। ਬਹੁਤ ਬਹੁਤ ਧੰਨਵਾਦ।